ਯੂਨੀਅਨ ਪੰਜਾਬ ਜਿੰਦਾਬਾਦ ਭਾਰਤੀ ਕਿਸਾਨ ਯੂਨੀਅਨ ਪੰਜਾਬ ਜਿੰਦਾਬਾਦ ਭਾਰਤੀ ਕਿਸਾਨ ਯੂਨੀਅਨ ਪੰਜਾਬ ਜਿੰਦਾਬਾਦ ਲੱਖਾਂ ਲੋਕਾਂ ਦਾ ਏਕਾ ਜਿੰਦਾਬਾਦ ਇਹ ਗੁੰਡਾਗਰਦੀ ਨਹੀਂ ਚੱਲੇਗੀ ਨਹੀਂ ਚੱਲੇਗੀ ਨਹੀਂ ਚੱਲੇਗੀ ਗੁੰਡਾਗਰਦੀ ਨਹੀਂ ਚੱਲੇਗੀ ਨਹੀਂ ਚੱਲੇਗੀ ਨਹੀਂ ਚੱਲੇਗੀ की पोस्ट की अपनी मैं जी एसडीएम दफ्तर वालों नोडल नोडल अफसर की ड्यूटी लगी है जी केड़े महकमे च साडा ते फॉरेस्ट है ते ये भी मैं चलो आप जी नूं विश्वास दिवाउणा भी मेरे वालों कोई कार्रवाई नहीं की जाऊगी बाकी जो भी है उच्च अफसर का तो मैं कुछ कह नहीं सकता बाकी मेरे वालों कोई कार्रवाई नहीं ਭਰਾਵਾਂ ਨੇ ਇਕੱਠੇ ਹੋ ਕੇ ਭਾਰਤੀ ਕਿਸਾਨ ਯੂਨੀਅਨ ਪੰਜਾਬ ਨੇ ਇਕੱਠੇ ਹੋ ਕੇ ਇਹਨਾਂ ਨਾਲ ਗੱਲ ਕੀਤੀ ਵੀ ਭਾਈ ਕਿਹੜੀ ਗੱਲੋਂ ਤੁਸੀਂ ਕਰਦੇ ਫਿਰਦੇ ਜੇ ਇਹ ਕੰਮ ਆਂਦੇ ਸਾਡੀ ਸਰਕਾਰ ਨੇ ਡਿਊਟੀ ਲਾਈ ਆ ਐਂ ਕਿਹਾ ਚਲੋ ਚੰਗੀ ਗੱਲ ਹੈ ਡਿਊਟੀਆਂ ਲਾਉਣੀਆਂ ਚਾਹੀਦੀਆਂ ਸਰਕਾਰ ਜ਼ਿੰਮੇਵਾਰ ਬਣਦੀ ਹੈ ਚਾਹੀਦੀਆਂ ਵੀ ਆ ਪਰ ਜ਼ਿੰਮੇਵਾਰੀ ਇਹ ਵੀ ਨਿਭਾਓ ਨਾਲ ਸਾਨੂੰ ਇੱਥੇ ਸੰਦ ਲਿਆਣ ਕੇ ਦਿਓ ਇਹ ਜਿਹੜੇ ਆ ਅੱਗ ਲਾਉਣਾ ਵਾ ਇਹ ਮਜਬੂਰੀ ਆ ਕਿਸਾਨ ਦੀ ਇਹ ਦੂਰ ਹੋ ਜਾਵੇ ਜਿੱਥੇ ਸੰਦ ਆਏ ਆ ਪਿੰਡਾਂ 'ਚ ਪੰਜਾਬ ਸਰਕਾਰ ਕਹਿੰਦੀ ਅਸੀਂ ਆਹ ਕਰਾਉਣ ਡਿਆ ਉਹ ਕਰਾਉਣ ਡਿਆ ਉੱਥੇ ਸੰਦ ਵੀ ਤਾਂ ਦਿੱਤੇ ਆ ਨਾ ਉਹ ਸਾਨੂੰ ਵਿਖਾਓ ਅਸੀਂ ਇਹਨਾਂ ਨੂੰ ਅੱਗ ਲਵਾਉਣੇ ਬੰਦ ਕਰਾਂਗੇ ਅੱਗ ਦਾ ਜ਼ਰੂਰੀ ਹੈ ਕੋਈ ਪਰ ਕੋਈ ਨਾ ਕੋਈ ਹੱਲ ਉਹਦਾ ਕੱਢੋ ਕਿ ਅੱਗ ਤੋਂ ਬਿਨਾਂ ਹੋਰ ਕੀ ਕਰੇ ਜ਼ਿਮੀਂਦਾਰ ਕਿੱਧਰ ਨੂੰ ਜਾਵੇ ਇਹ ਮਜਬੂਰੀ ਆ ਕੋਈ ਅੱਗ ਚਾਣਾ ਨਹੀਂ ਲਾਉਂਦਾ ਕਿਹਦਾ ਜੀ ਨਹੀਂ ਕਰਦਾ ਉਹ ਆਹ ਕਾਰਨ ਬਣਿਆ ਜੀ ਅੱਜ ਇਹਨਾਂ ਨੂੰ ਅਫਸਰਾਂ ਨੂੰ ਅਸੀਂ ਮਤਲਬ ਰੋਕ ਕੇ ਰੱਖਿਆ ਵੀ ਬਾਕੀ ਅਫਸਰਾਂ ਨੂੰ ਵੀ ਸੱਦਿਆ ਹੋਰਾਂ ਨੇ ਤਾਂ ਸਾਰਿਆਂ ਨੇ ਹੱਥ ਖੜੇ ਕਰਤੇ ਪਰ ਜੋ ਵੀ ਮੁਲਾਜ਼ਮ ਹੈਗੇ ਸੀ ਇਹ ਆਉਂਦੇ ਵੀ ਅਸੀਂ ਕੋਈ ਕਾਰਵਾਈ ਨਹੀਂ ਕਰਦੇ ਅਸੀਂ ਗਲਤੀ ਮੰਨਦੇ ਹਾਂ ਇਸ ਚੀਜ਼ ਦੀ ਜਿਹੜੇ ਆਏ ਵੀ ਚਲੋ ਮੇਰੇ ਵੱਲੋਂ ਕੋਈ ਕਾਰਵਾਈ ਨਹੀਂ ਹੋਊਗੀ ਬਾਕੀ ਜੋ ਸਰਕਾਰ ਕਰੇ ਉਹ ਮੈਂ ਕੁਛ ਕਹਿ ਨਹੀਂ ਸਕਦਾ ਕਿੰਨਾ ਦੇ ਨਾਂ ਇਹ ਨਾਂ ਨਹੀਂ ਕੋਈ ਆਇਆ ਕੋਈ ਵਿੱਚ ਨਾਂ ਨਹੀਂ ਤੁਸੀਂ ਕਿਸ ਤਰ੍ਹਾਂ ਫਿਰ ਆ ਗਏ ਇੱਥੇ ਕਿੰਨਾ ਦਾ ਨਾਂ ਮਤਲਬ ਕਿੱਦਾਂ ਜਿੰਨਾ ਤੁਸੀਂ ਗ੍ਰਹਿ ਵਿਖੇ ਇੱਥੇ ਆਏ ਜੋ ਨਹੀਂ ਗ੍ਰਹਿ ਵਿਖੇ ਨਹੀਂ ਅਸੀਂ ਤਾਂ ਆਪਣੇ ਜਿੱਥੇ ਸਾਨੂੰ ਲੋਕੇਸ਼ਨ ਆਈ ਸੀਗੀ ਹਾਂਜੀ ਅਸੀਂ ਤਾਂ ਲੋਕੇਸ਼ਨ ਚੈੱਕ ਕਰਨ ਆਏ ਸੀਗੇ ਕਿੰਨੇ ਆਣੇ ਦੀ ਲੋਕੇਸ਼ਨ ਜਿਹੜੀ ਆਈ ਸੀ ਤੁਹਾਨੂੰ ਦੋ ਲੋਕੇਸ਼ਨ ਆਈਆਂ ਕਿੰਨਾ ਕਿੰਨਾ ਦੇ ਕੀ ਨਾਂ ਉਹਨਾਂ ਦੇ ਨਾਂ ਬਾਈ ਨੇਮ ਨਹੀਂ ਆਉਂਦੀ ਹਾਂਜੀ ਉਸ ਤੋਂ ਬਾਅਦ ਗਿਆ ਉਸ ਤੋਂ ਬਾਅਦ ਸਾਨੂੰ ਕਿਸਾਨ ਯੂਨੀਅਨ ਵਾਲਾ ਘੇਰ ਲਿਆ ਵੀ ਅਸੀਂ ਨਹੀਂ ਤੁਹਾਨੂੰ ਇਹ ਕਰਨ ਦੇਣਾ ਹੁਣ ਭਰੋਸਾ ਕੀ ਦਿੱਤਾ ਤੁਸੀਂ ਮੈਂ ਭਰੋਸਾ ਦੇਣਾ ਵੀ ਮੇਰੇ ਵੱਲੋਂ ਕੋਈ ਕਾਰਵਾਈ ਨਹੀਂ ਹੋਊਗੀ ਬਾਕੀ ਜੋ ਸਰਕਾਰ ਚਾਹੇ ਉਹ ਸਰਕਾਰ ਕਰ ਸਕਦੀ ਮੇਰੇ ਵੱਲੋਂ ਕਿੰਨੇ ਦੇ ਮਹਿਕਮੇ ਦੇ ਅਧਿਕਾਰੀ ਇੱਥੇ ਪਹੁੰਚੇ ਸੀ ਤੁਹਾਡੇ ਨੂੰ ਅਸੀਂ ਦੋ ਜਣੇ ਕੀ ਨਾਂ ਉਹਨਾਂ ਦੇ ਗੁਰਚੇਤ ਉਹ ਦੂਜਾ ਗੁਰਚੇਤ ਅਤੇ ਠੀਕ